ਸਤਨਾਮ ਸ਼੍ਰੀ ਵਾਹਿਗੁਰੂ ਜੀ, ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰ, ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰ, ਹਮ ਅਪਰਾਧੀ ਸਦ ਭੂਲ ਤੇ ਤੂੰ ਬਖਸ਼ਣ ਹਾਰੇ, ਹਮ ਅਵਗਨ ਕਰ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ, ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸ ਮਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪਹਿਲਾ, ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ, ਜਾਤ ਅਜਾਤ ਅਜੂਨੀ ਸੰਭਵ, ਨਾ ਤਿਸ ਭਾਉ ਨਾ ਭਰਮ, ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮ, ਜਾਤ ਅਜਾਤ ਅਜੂਨੀ ਸੰਭਵ, ਨਾ ਤਿਸ ਭਾਉ ਨਾ ਭਰਮ, ਸੱਚੇ ਸਚਿਆਰ ਵਿਟਹੁ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸੱਚਾ ਸ਼ਬਦ ਨਿਸ਼ਾਨ ਰਹਾਉ, ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾ ਨਾਰੀ, ਅਕੁਲ ਨਿਰੰਜਨ ਅਪਰ ਪਰੰਪਰ, ਸਗਲੀ ਜੋਤ ਤੁਮਾਰੀ, ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਜੋਤ ਸਬਾਈ, ਬੱਜਰ ਕਪਾਟ ਮੁਕਤੇ ਗੁਰਮਤੀ, ਨਿਰਭੈ ਤਾੜੀ ਲਾਈ, ਜੰਤ ਉਪਾਏ ਕਾਲ ਸਿਰ ਜੰਤਾ, ਵਸ ਗਤ ਜੁਗਤ ਸਬਾਈ, ਸਤਿਗੁਰ ਸੇਵ ਪਦਾਰਥ ਪਾਵਹਿ, ਛੂਟਹਿ ਸ਼ਬਦ ਕਮਾਈ, ਸੂਚੈ ਭਾਂਡੈ ਸਾਚ ਸਮਾਵੈ, ਵਿਰਲੇ ਸੂਚਾਚਾਰੀ, ਤੰਤੈ ਕਉ ਪਰਮ ਤੰਤ ਮਿਲਾਇਆ, ਨਾਨਕ ਸਰਣ ਤੁਮਾਰੀ, ਸੂਚੈ ਭਾਂਡੈ ਸਾਚ ਸਮਾਵੈ, ਵਿਰਲੇ ਸੂਚਾਚਾਰੀ, ਤੰਤੈ ਕਉ ਪਰਮ ਤੰਤ ਮਿਲਾਇਆ,
ਨਾਨਕ ਸਰਨ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਚਾਵਰ ਤਹਿਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਿਸੰਗੀ ਜਨੋ, ਸਤਿਗੁਰਾਂ ਨੇ ਪਰਮ ਕਿਰਪਾਲਤਾ ਕਰਕੇ ਸਾਡੇ ਭੱਜਦੇ ਦੌੜਦੇ ਭਰਮ ਦੇ ਭਟਕਦੇ ਮਨਾਂ ਨੂੰ ਸ੍ਰੇਸ਼ਟ ਉੱਦਮ ਪੁਰਸ਼ਾਰਥ ਬਖਸ਼ ਕੇ ਆਪਣੀ ਹਜ਼ੂਰੀ ਦਾ ਆਨੰਦ ਬਖਸ਼ਿਸ਼ ਕੀਤਾ ਹੈ। ਸ਼ਾਮ ਦੇ ਸਮੇਂ ਦੇ ਦੀਵਾਨ ਅੰਦਰ ਰਹਿ ਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਰਾਗੀ ਸਿੰਘਾਂ ਨੇ ਹਜ਼ੂਰ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੂੰ ਸਰਵਣ ਕਰਾਏ ਹਨ। ਹੁਣ ਸਮਾਂ ਹੈ ਸਤਿਗੁਰੂ ਦੇ ਪਾਵਨ ਸ਼ਬਦ ਦੀ ਵਿਚਾਰ ਦਾ। ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਰੋਮਾਨਸਿਕ ਇਕਾਗਰਤਾ ਦੁਆਰਾ ਸਤਿਗੁਰੂ ਜੀ ਦੇ ਅੰਮ੍ਰਿਤਮਈ ਉਪਦੇਸ਼ ਨੂੰ ਵਿਚਾਰਨ ਅਤੇ ਸੁਣਨ ਦਾ ਯਤਨ ਕਰੀਏ। ਸੋਰਠ ਰਾਗਣੀ ਅੰਦਰ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੋ 597 ਅੰਗ 'ਤੇ ਸੁਭਾਵਾਨ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਉਹੀ ਬਚਨ ਪ੍ਰਗਟ ਕਰ ਰਹੇ ਨੇ ਜੋ ਦਸਮ ਪਾਤਸ਼ਾਹ ਨੇ ਜਾਪ ਸਾਹਿਬ ਦੇ ਮੁੱਢ ਵਿੱਚ ਬਚਨ ਉਚਾਰੇ ਨੇ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋ ਜਿਕ ਹਿਜੈ, ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣਜੈ, ਤ੍ਰਿਪਵਣ ਮਹੀ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਣ ਕਹਿਤ, ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਇਹੀ ਬਚਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ 'ਚ ਇਹਨਾਂ ਦੀ ਵਿਆਖਿਆ ਕੀਤੀ। ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਹਜ਼ੂਰ ਦੱਸ ਰਹੇ ਨੇ ਕਿ ਪਰਮਾਤਮਾ ਅਕਾਲ ਪੁਰਖ ਜਿਸਦਾ ਸਿਮਰਨ ਕਰਨ ਵਾਸਤੇ ਅਸੀਂ ਆਪਣੇ ਪੈਰੋਕਾਰਾਂ ਨੂੰ ਸਿੱਖਿਆ ਦੇ ਰਹੇ ਹਾਂ। ਸਵਾਲ ਉੱਠਦਾ ਹੈ ਕਿ ਵਾਹਿਗੁਰੂ ਕਿਹੋ ਜਿਹਾ ਹੈ, ਤਾਂ ਇਸ ਪ੍ਰਸ਼ਨ ਦਾ ਜਵਾਬ ਦਿੰਦਿਆਂ ਹੋਇਆਂ ਸਤਿਗੁਰੂ ਜੀ ਇਹ ਬਚਨ ਉਚਾਰਨ ਕਰ ਰਹੇ ਨੇ। ਚੱਕਰ ਸਾਡੇ ਹੱਥਾਂ ਦੀਆਂ ਉਂਗਲਾਂ ਦੇ ਜਿਹੜੇ ਪੋਟੇ ਨੇ ਨਾ, ਇਹਨਾਂ ਉੱਪਰ ਲਕੀਰਾਂ ਬਹੁਤ ਬਰੀਕ ਜਿਹੀਆਂ, ਉਹਨਾਂ ਲਕੀਰਾਂ ਦੇ ਆਕਾਰ ਬਣੇ ਹੁੰਦੇ ਨੇ ਜਾਂ ਸੰਖ ਜਾਂ ਚੱਕਰ। ਉਹਦੇ ਬਾਰੇ ਹਜ਼ੂਰ ਕਹਿ ਰਹੇ ਨੇ ਵੀ ਚੱਕਰ ਚਿਹਨ, ਚਿਹਨ ਮੈਨੇ ਚਿਹਨ ਨਿਸ਼ਾਨੀਆਂ, ਚੱਕਰ ਚਿਹਨ ਅਰ ਬਰਨ, ਬਰਨ ਬ੍ਰਾਹਮਣ ਖੱਤਰੀ ਵੈ ਸ਼ੂਦਰ ਅਤੇ ਵੈਸ਼, ਇਹ ਚਾਰ ਵਰਨ ਨੇ। ਵਰਨ ਦਾ ਅਰਥ ਰੰਗ ਵੀ ਹੈ। ਚੱਕਰ ਚਿਹਨ ਅਰ ਬਰਨ ਜਾਤ, ਫਿਰ ਜਾਤਾਂ ਇਹ ਜੱਟ ਹੈ, ਇਹ ਨਾਈ ਹੈ, ਇਹ ਛਿੰਬਾ ਹੈ, ਇਹ ਪ੍ਰਜਾਪਤ ਹੈ, ਫਲਾਨਾ ਟੀਕਾ, ਇਸ ਪ੍ਰਕਾਰ ਦੀ ਵਾਹਿਗੁਰੂ ਦੀ ਜਾਤ ਵੀ ਕੋਈ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ, ਪਾਤ ਸ਼੍ਰੇਣੀ ਜਿਹਨੂੰ ਗੋਤ ਵੀ ਆਪਾਂ ਕਹਿ ਦਿੰਦੇ ਹਾਂ, ਉਹ ਵੀ ਕੋਈ ਨਹੀਂ।
ਜਿਵੇਂ ਲੋਕ ਜਾਤਾਂ ਗੋਤਾਂ ਦਾ ਬੜਾ ਮਾਣ ਚੱਕੀ ਫਿਰਦੇ ਹਨ, ਪਰਮਾਤਮਾ ਜਾਤਾਂ ਗੋਤਾਂ 'ਤੇ ਨਹੀਂ ਰੀਝਦਾ, ਔਰ ਉਹਦੀ ਆਪਣੀ ਕੋਈ ਜਾਤ ਗੋਤ ਨਹੀਂ ਹੈ। ਸਾਰੀ ਸ੍ਰਿਸ਼ਟੀ ਦਾ ਰਚਣਹਾਰ ਹੈ, ਪਰ ਆਪਣੀ ਉਹਦੀ ਕੋਈ ਖਾਸ ਗੋਤ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ, ਰੂਪ ਆਕਾਰ ਵੀ ਕੋਈ ਅੱਖਾਂ ਨਾਲ ਦਿਸਣ ਵਾਲਾ ਹੈ, ਔਰ ਰੰਗ ਕਾਲਾ ਗੋਰਾ ਪੀਲਾ ਚਿੱਟਾ ਇਹੋ ਜਿਹਾ ਰੰਗ ਵੀ ਕੋਈ ਨਹੀਂ। ਅਤੇ ਕਈ ਇਸ ਰੰਗ ਦਾ ਲੋਕ ਰੰਗ ਦਾ ਮਾਣ ਚੱਕੀ ਫਿਰਦੇ, ਰੂਪ ਦਾ ਹੀ ਮਾਣ ਚੱਕੀ ਫਿਰਦੇ ਨੇ। ਹਜ਼ੂਰ ਕਹਿੰਦੇ ਰੂਪਵੰਤ ਹੋਏ ਨਾ ਹੀ ਮੋਹ ਹੈ। ਤਿੱਤਰਾ ਮੋਰਾਂ 'ਤੇ ਬੜਾ ਸੋਹਣਾ ਰੂਪ ਹੈ, ਜੇ ਰੂਪ 'ਤੇ ਰੀਝਦਾ ਹੁੰਦਾ ਤਾਂ ਉਹਨਾਂ ਦੇ ਰੀਝ ਬਣਾ ਸੀ। ਰੂਪ ਰੰਗ ਅਰ ਰੇਖ ਭੇਖ, ਰੇਖਾ ਮਸ਼ ਮਸ਼ ਸਾਡੇ ਹੱਥਾਂ ਪੈਰਾਂ ਦੇ ਖੜੀਆਂ 'ਤੇ, ਇਹੋ ਜਿਹੀ ਰੇਖਾ ਵੀ ਉਹਦੀ ਕੋਈ ਨਾ, ਉਹਦਾ ਕੋਈ ਭੇਖ ਹੈ, ਲਿਬਾਸ ਹੈ ਖਾਸ, ਅਤੇ ਆਹ ਲਿਬਾਸ ਜਿਹੜਾ ਹੈ ਵਾਹਿਗੁਰੂ ਐਸਾ ਨਹੀਂ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਕੋਈ ਨਹੀਂ ਕਹਿ ਸਕਦਾ ਕਿ ਹੋ ਗਿਆ। ਫਿਰ ਸਵਾਲ ਉੱਠਿਆ ਵੀ ਮਹਾਰਾਜ ਫਿਰ ਹੋਣਾ ਹੀ ਨਹੀਂ ਪਰਮਾਤਮਾ, ਫਿਰ ਹੋਣਾ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਨਹੀਂ, ਅਚਲ ਮੂਰਤ, ਉਸਦਾ ਜੋ ਮੂਰਤ ਵਜੂਦ ਹਸਤੀ ਸਰੂਪ ਹੈ ਉਹ ਅਚਲ ਹੈ, ਕੋਈ ਉਸਨੂੰ ਚਲਾਇਮਾਨ ਨਹੀਂ ਕਰ ਸਕਦਾ। ਜਿਵੇਂ ਪਰਬਤਾਂ ਨੂੰ ਕੋਈ ਡੁਲਾ ਨਹੀਂ ਸਕਦਾ, ਹਿਲਾ ਨਹੀਂ ਸਕਦਾ, ਇਸ ਤਰ੍ਹਾਂ ਅਚਲ ਸਰੂਪ ਹੈ ਉਸਦਾ। ਅਨੁਭਵ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਹੈ, ਉਹ ਗਿਆਨ ਦਾ ਚਾਨਣਾ ਰੂਪ ਹੈ। ਇਸਲਾਮ ਵਾਲੇ ਕਹਿੰਦੇ ਨੇ ਮੂਸਾ ਪੈਗੰਬਰ ਨੂੰ ਕੋਹ ਤੂਰ ਪਹਾੜ 'ਤੇ ਖੁਦਾ ਦਾ ਜਲਵਾ ਹੁੰਦਾ ਸੀ, ਜਲਵਾ ਨੂਰ ਪ੍ਰਕਾਸ਼ ਰੂਪ ਹੈ ਵਾਹਿਗੁਰੂ। ਇਸ ਪ੍ਰਕਾਰ ਗਿਆਨ ਦਾ ਪ੍ਰਕਾਸ਼ ਉਹ ਸੂਰਜ ਵਰਗਾ ਤਿੱਖਾ ਪ੍ਰਕਾਸ਼ ਦੁੱਖਦਾਈ ਨਹੀਂ, ਅੱਗ ਵਰਗਾ ਪ੍ਰਕਾਸ਼ ਦੁੱਖਦਾਈ ਨਹੀਂ, ਉਹ ਮਿਠਾਸ ਭਰਪੂਰ ਚਾਨਣਾ ਨੂਰ ਦਾ ਆਲਾਮਾ ਹੈ। ਇਸ ਪ੍ਰਕਾਰ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜਾ, ਅਮਿਤ ਮੈਨੇ ਅਮਿਣਵਾਂ, ਅਮਿਤ ਜੋ ਮਿਣਿਆ ਨਾ ਜਾ ਸਕੇ, ਓਜ ਮੈਨੇ ਬਲ, ਅਮਿਤ ਬਲ ਵਾਲਾ ਕਹਿੰਦਾ ਹੈ। ਅਮਿਤੋਜ ਕਹਿਜਾ ਕੋਟ ਇੰਦਰ ਇੰਦਰਾਣ, ਕਰੋੜਾਂ ਸੁਰਗ ਦੇ ਦੇਵਤੇ ਇੰਦਰ ਵਰਗ, ਇੰਦਰਾਣ ਉਹਦੀਆਂ ਘਰ ਵਾਲੀਆਂ ਸੱਚੀ ਆਦਿਕ, ਔਰ ਸ਼ਾਹ ਸ਼ਾਹਾਨ ਸ਼ਾਹੂਕਾਰ ਮੰਨਿਆ ਧਨ ਦਾ ਦੇਵਤਾ ਕੁਬੇਰ, ਉਹਦੀਆਂ ਘਰ ਵਾਲੀਆਂ, ਇਹ ਸਾਰੇ ਜੋ ਗਿਣੀਦੇ ਹਨ, ਇਹ ਉਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ, ਨਾ ਉਹਨੂੰ ਵੇਖ ਸਕਦਾ ਕੋਈ। ਔਰ ਇਸ ਪ੍ਰਕਾਰ ਚਲ ਮੂਰਤਨ ਭਉ ਪ੍ਰਕਾਸ਼ ਨਤੋਜ ਕਹਿਜੈ, ਕੋਟ ਇੰਦਰ ਨਾਰਾਇਣ ਸਾਹੇ ਸਹਾਣ ਗਿਣਜੈ, ਤਿਰ ਭਵਨ ਮਹੀ ਤਿੰਨੇ ਭਵਨ ਪਤਾਲ ਆਕਾਸ਼ ਅਤੇ ਮਾਤ ਲੋਕ ਜੋ ਰਚੇ ਹਨ, ਇਹਨਾਂ ਤਿੰਨਾਂ ਦਾ ਮਹੀਪ ਮੈਨੇ ਵਾਰਸ ਹੈ, ਮਾਲਕ ਹੈ, ਪਾਤਸ਼ਾਹ ਹੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਸੁਰ ਦੇਵਤੇ ਨਰ ਮਨੁੱਖ ਅਸੁਰ ਰਾਕਸ਼, ਨੇਤ ਨੇਤ ਬਨ ਤ੍ਰਿਣ ਕਹਿਤ, ਦੇਵਤੇ ਮਨੁੱਖ ਅਤੇ ਰਾਕਸ਼, ਔਰ ਧਰਤੀ ਜੋ ਗੁਣ ਵਾਲੇ ਬਨਸਪਤੀ ਬਣ ਤ੍ਰਿਣ ਸਾਰੇ ਉਹਨੂੰ ਕਹਿ ਰਹੇ ਹਨ, ਨਾ ਇਤੀ ਨਾ ਇਤੀ, ਨਹੀਂ ਅੰਤ ਨਹੀਂ ਅੰਤ, ਬੇਅੰਤ ਬੇਅੰਤ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਤੈ ਸਰਵਨਾਮ ਕਥੈ ਕਵਨ, ਅਤੇ ਵਾਹਿਗੁਰੂ ਤੇਰੇ ਜਾਤੀ ਅਤੇ ਸਫਾਤੀ ਨਾਂ, ਜਿਹੜੇ ਤੇਰੀਆਂ ਸਿਫਤਾਂ ਕਰਦਿਆਂ ਭਗਤਾਂ ਤੇਰੇ ਨਵੇਂ ਨਵੇਂ ਨਾਂ ਰੱਖੇ, ਇਹ ਕੌਣ ਗਿਣਤੀ ਕਰੇ। ਸਤਿਕਿਰਤਮ ਨਾਮ ਕਥੇ ਤੇਰੇ ਜੇ ਵਾ, ਸਤਨਾਮ ਤੇਰਾ ਪਰਾਪੂਰਵਲਾ, ਭਗਤਾਂ ਨੇ ਤੇਰੇ ਕਿਰਤਮ ਨਾਮ, ਤੇਰੀ ਕਿਰਤ ਕਰਕੇ ਜਦੋਂ ਸੰਸਾਰ ਰਚ ਦਿੱਤਾ, ਤੇਰੇ ਗੁਣ ਵੇਖੇ ਭਗਤ ਵਸ਼ਲ, ਭਗਤਾਂ ਦਾ ਪਿਆਰ ਕਰਨ ਵਾਲਾ,
ਅੰਤਰਜਾਮੀ ਅੰਦਰ ਦੀਆਂ ਜਾਣਨ ਵਾਲਾ, ਪਤਿਤ ਪਾਵਨ ਭ੍ਰਿਸ਼ਟ ਹੋਏ ਲੋਕਾਂ ਨੂੰ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ, ਇਹ ਸਾਰੇ ਤੇਰੇ ਸਿਫਾਤੀ ਨਾਮ ਹਨ ਭਗਤਾਂ ਨੇ ਰੱਖੇ। ਇਹ ਕੌਣ ਗਿਣੇ? ਤੈ ਸਰਵਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ, ਤੇਰੇ ਮਹਾਨ ਕਰਮਾਂ ਕਰਕੇ ਸੁਮਤਵੰਤ ਲੋਕ ਸ੍ਰੇਸ਼ਟ ਮਤ ਵਾਲੇ ਤੇਰੇ ਨਾਮਾਂ ਨੂੰ ਕਥਨ ਜ਼ਰੂਰ ਕਰਦੇ ਨੇ। ਕਥਨੀ ਕਰ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ, ਪਰ ਕਥਨੀ ਪਰਮਾਤਮਾ ਬਾਰੇ ਕਥਨੀ ਪ੍ਰੇਮ ਪੂਰਵਕ ਉਸ ਵਾਹਿਗੁਰੂ ਦੀ ਕਥਨੀ ਕਰਦਿਆਂ ਕਰਦਿਆਂ ਕਥਨ ਕਰਨ ਵਾਲਾ ਉਹਦੇ ਵਿੱਚ ਸਮਾ ਸਕਦਾ ਹੈ। ਚੱਲੀ ਪੂਤਲੀ ਲੋਨ ਕੀ ਹਾਥ ਸਿੰਧ ਕੋ ਲੈਣ, ਆਪ ਮਿਲ ਆਪੇ ਪਈ ਉਲਟ ਕਹੇ ਕੋ ਮੈਂ। ਲੂਣ ਦੀ ਡਲੀ ਕਹਿਣ ਲੱਗੀ, ਮੈਂ ਸਮੁੰਦਰ ਆਵਾਂਗੀ ਮਿਣ ਕੇ ਕਿੱਡਾ ਕੁ ਵੱਡਾ ਡੂੰਘਾ। ਔਰ ਜਿਸ ਵੇਲੇ ਗਈ ਸਮੁੰਦਰ 'ਚ ਪੈ ਕੇ ਖੜ ਗਈ, ਪਾਣੀ ਵਿੱਚ ਮਿਲ ਗਈ ਉਲਟ ਕੇ, ਕੌਣ ਦੱਸੇ ਕਿ ਸਮੁੰਦਰ ਇੰਨਾ ਕੁ ਡੂੰਘਾ, ਇੰਨਾ ਕੁ ਚੌੜਾ, ਇੰਨਾ ਕੁ ਲੰਬਾ। ਇਸੇ ਪ੍ਰਕਾਰ ਜੋ ਭਗਤ ਹਨ, ਸੰਤ ਮਹਾਤਮਾ ਨੇ, ਉਹ ਬੰਦਗੀ ਕਰਦੇ ਹੋਏ ਵਾਹਿਗੁਰੂ ਵਿੱਚ ਲੀਨ ਤਾਂ ਹੋ ਗਏ, ਪਰ ਉਹ ਆਪਾਂ ਮੁਕਾ ਕੇ ਲੀਨ ਹੋਏ। ਹੁਣ ਉਹ ਆਪਾਂ ਹੈ ਨਹੀਂ, ਵਿੱਚ ਵੱਖਰੀ ਹਸਤੀ ਨਹੀਂ ਹੈ ਉਹਨਾਂ ਦੀ, ਵਾਹਿਗੁਰੂ ਵਿੱਚ ਹੀ ਸਮਾਏ ਹੋਏ ਨੇ। ਉਲਟ ਕੇ ਕੌਣ ਦੱਸੇ ਪਰਮਾਤਮਾ ਐਡਾ ਹੁੰਦਾ, ਅੰਤ ਨਹੀਂ ਪਾਇਆ ਜਾਂਦਾ, ਪਰ ਉਹਨੂੰ ਸਭਨੀ ਪਾਸੇ ਰਵੇ, ਸਭਨੀ ਥਾਂ ਰਵਿਆ ਆਪ ਜਾਣ ਕੇ, ਫਿਰ ਉਹਦੇ ਵਿੱਚ ਲੀਨ ਹੋ ਜਾਂਦੇ ਆ, ਭੇਦ ਹੋ ਜਾਂਦੇ ਆ। ਇਸ ਪ੍ਰਕਾਰ ਹੀ ਸੱਚੇ ਪਾਤਸ਼ਾਹ ਇੱਥੇ ਕਥਨ ਕਰ ਰਹੇ ਨੇ ਵੀ ਉਹ ਪਰਮਾਤਮਾ ਕੈਸਾ ਹੈ। ਸੱਚੇ ਸਚਿਆਰ ਵਿਟੋਂ ਕੁਰਬਾਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਤਾਂ ਸੱਚਾ ਵਾਹਿਗੁਰੂ ਕੇਵਲ ਹੈ, ਸੱਚਾ, ਹੋਰ ਕੋਈ ਸੱਚਾ, ਤਾਂ ਹੀ ਉਹਦਾ ਨਾਮ ਹੈ ਸਤ ਨਾਮ। ਸੱਚਾ ਸਿਰਫ ਮੂੰਹ ਤੋਂ ਸੱਚੀਆਂ ਗੱਲਾਂ ਕਰਨ ਨਾਲ ਨਹੀਂ ਉਸ ਅਵਸਥਾ ਨੂੰ ਪਹੁੰਚਿਆ ਜਾ ਸਕਦਾ। ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਵੇ, ਹਿਰਦੇ 'ਚ ਕੇਵਲ ਸੱਚੇ ਨਾਮ ਦਾ ਨਿਵਾਸ ਹੋਵੇ, ਹੋਰ ਕੁਛ ਨਾ ਰਹਿ ਗਿਆ, ਤਾਂ ਫਿਰ ਉਹਨੂੰ ਕਿਹਾ ਜਾ ਸਕਦਾ ਵੀ ਇਹ ਵੀ ਸੱਚਾ, ਉਹਦਾ ਵਿੱਚ ਮਿਲ ਗਿਆ ਪਰਮਾਤਮਾ ਵਿੱਚ ਭੇਦ ਹੋ ਗਿਆ। ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਵੇ, ਕੂੜਤੀ ਮਲ ਉਤਰੈ ਤਨ ਕਰੇ ਹਰਸ਼ਾ ਹੋਏ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹੱਸੀਆ ਤਾਂ ਪਾਏ ਮੋਹ ਦੁਆਰ। ਅਸੀਂ ਰੰਗੇ ਹੋਏ ਹਾਂ ਝੂਠ ਵਿੱਚ, ਕਹਾਉਣਾ ਚਾਹੁੰਦੇ ਹਾਂ ਸੱਚ, ਪਰ ਮਹਾਰਾਜ ਦੱਸ ਰਹੇ ਨੇ ਜਦੋਂ ਰੰਗ ਸੱਚ ਦਾ ਲੱਗੇਗਾ ਉਦੋਂ ਤੂੰ ਸੱਚਾ ਹੈ, ਉਹਨਾਂ ਚਿਰ ਤੂੰ ਸੱਚਾ ਨਹੀਂ, ਸੱਚਾ ਪਰਮਾਤਮਾ ਹੈ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਿਆ ਜੀਓ, ਧਰਤ ਕਾਇਆ ਸਾਧਕਿਆਂ ਵਿੱਚ ਦੇ ਕਰਤਾ ਦੀਓ। ਇਸ ਪ੍ਰਕਾਰ ਸੱਚ ਤਾਂ ਪਰ ਜਾਣੀਏ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋ, ਨਾਨਕ ਵਿਖਾਣਾ ਬੇਨਤੀ ਜਿਨ ਸੱਚ ਪੱਲੇ। ਜਿਹਦੇ ਪੱਲੇ ਵਿੱਚ ਸੱਚ ਹੈ ਉਹ ਸੱਚਾ, ਇਸ ਕਰਕੇ ਉਸ ਪਰਮਾਤਮਾ ਨੂੰ ਸੱਚਾ ਕਿਹਾ ਜਾਂਦਾ ਵੀ ਉਹਦੇ ਕੋਲ ਝੂਠ ਨਹੀਂ, ਉਹਦੇ ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ, ਉਹ ਸੱਚਾ ਹੈ। ਅਤੇ ਸਚਿਆਰ ਮੈਨੇ ਸਿਆਣਾ, ਉਸ ਵਰਗਾ ਸਿਆਣਾ ਸਮਝਦਾਰ ਵੀ ਕੋਈ ਨਹੀਂ ਹੈ, ਔਰ ਉਹਦੇ ਤੋਂ ਅਸੀਂ ਕੁਰਬਾਨ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਅਸੀਂ ਹੋਰ ਕਿਸੇ ਤੋਂ ਕੁਰਬਾਨ ਨਹੀਂ, ਅਸੀਂ ਆਪਣਾ ਆਪਾ ਸਾਰਾ ਕੁਛ ਉਹਦੇ ਤੋਂ ਕੁਰਬਾਨ ਕਰ ਰਹੇ। ਉਹ ਸਚਿਆਰ ਹੈ ਔਰ ਸੱਚਾ ਹੈ, ਨਾ ਤੇ ਸਰੂਪ ਵਰਨ ਨਹੀਂ ਰੱਖਿਆ, ਨਾ ਉਸਦਾ ਕੋਈ ਰੂਪ ਆਕਾਰ ਅੱਖਾਂ ਨਾਲ ਦੱਸਣ ਵਾਲਾ ਹੈ, ਹੈ ਜ਼ਰੂਰ ਔਰ ਹਮੇਸ਼ਾ ਹੀ ਹੈ ਦਾ ਭਾਵ ਹੀ ਅੰਦਰ ਰੱਖਣਾ, ਇਹਦਾ ਨਾਮ ਹੀ ਆਸਤਿਕਤਾ ਹੈ। ਜੇ ਹੈ ਦਾ ਭਾਵ ਨਹੀਂ ਅੰਦਰ ਹੋਵੇਗਾ ਤਾਂ ਅਸੀਂ ਨਾਸਤਿਕ, ਰੱਬ ਦੀ ਹੋਂਦ ਨੂੰ ਨਹੀਂ ਮੰਨਿਆ। ਹੈ ਜ਼ਰੂਰ ਹੈ ਹਜ਼ੂਰ, ਹਾਜ਼ਰ ਹੈ ਨਾਜ਼ਰ, ਕਤਹ ਨਾ ਭਇਓ ਦੂਰਾਈ।
ਇਸ ਪ੍ਰਕਾਰ ਪਰਮਾਤਮਾ ਦਾ ਰੂਪ ਅੱਖਾਂ ਨਾਲ ਦਿਸਣ ਵਾਲਾ ਕੋਈ ਨਹੀਂ ਵੀ ਜਿਹਨੂੰ ਮਿਣਿਆ ਗਿਣਿਆ ਜਾ ਸਕੇ ਕਿੱਡਾ ਕੋਡਾ ਕਿਹੋ ਜਿਹਾ ਵਰਨ ਨਾ ਉਹਦਾ ਕੋਈ ਵਰਨ ਹੈ ਬ੍ਰਾਹਮਣ ਖੱਤਰੀ ਆਦਿਕ ਨਹੀਂ ਵੇਖਿਆ ਨਾ ਮਸ਼ਕਾ ਸ਼ਾਦਕ ਕੋਈ ਰੇਖਾ ਹੈ ਕਿਵੇਂ ਜਾਣਿਆ ਜਾਏ ਵੀ ਕਿਹੋ ਜਿਹਾ ਸੱਚਾ ਸ਼ਬਦ ਨਿਸ਼ਾਨ ਹਜ਼ੂਰ ਕਹਿੰਦੇ ਨੇ ਜੋ ਗੁਰਾਂ ਸੱਚਿਆਂ ਗੁਰਾਂ ਦਾ ਸੱਚਾ ਸ਼ਬਦ ਹੈ ਸ਼ਬਦੋਂ ਹੀ ਭਗਤ ਜਾਪਦੇ ਜਿਵੇਂ ਕਿ ਬਾਣੀ ਸੱਚੀ ਹੋਈ ਜਿਹਨਾਂ ਦੇ ਬਚਨ ਝੂਠੇ ਹਨ ਮਤਲਬ ਕਿ ਉਹ ਆਪ ਵੀ ਝੂਠੇ ਨੇ ਇੱਕ ਅੰਮ੍ਰਿਤਸਰ ਜ਼ਿਲ੍ਹੇ 'ਚ ਮਹਾਰਾਜ ਸ਼ੇਰ ਸਿੰਘ ਉਹਨੇ ਨਾਂ ਰਖਾਇਆ ਸੀ ਵਿਸ਼ਨੂੰ ਜੀ ਵੀ ਨਾਂ ਰਖਾਇਆ ਹੋਇਆ ਸੀ ਉਹਨੇ 14 ਮਣ ਦਾ ਗ੍ਰੰਥ ਬਣਾਇਆ 14 ਮਣ ਦਾ ਮੈਂ ਇਹ ਮੈਂ ਵੀ ਗੁਰੂ ਹਾਂ ਅਤੇ ਉਸ 14 ਮਣ ਦੇ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਭਾਈ ਜੇਠੂ ਵਾਲਿਓ ਟਾਂਗੇ ਬੈਠੇ ਜੈਂਤੀਪੁਰੇ ਆਏ ਉੱਥੋਂ ਮੂਲੀਆਂ ਲਈਆਂ ਲੈ ਭਾਈ ਨਾਲੇ ਕੱਟੀਆਂ ਵੱਡੀਆਂ ਲਾ ਮਿਰਚਾਂ ਪਿੱਪਲ ਥੱਲੇ ਬਹਿ ਕੇ ਲਈਆਂ ਖਾ ਭਾਈ ਇਹ ਭਾਈ ਭੁਪਿੰਦਰ ਸਿੰਘ ਉੱਥੇ ਜਾ ਕੇ ਆਇਆ ਜੇਠੂ ਵਾਲਾ ਇਹਨੂੰ ਪਤਾ ਨਾ ਵੇਖਿਆ ਉਹਨੇ ਸੋ ਇਸ ਪ੍ਰਕਾਰ ਮੈਂ ਕੈਨੇਡਾ ਕੈਲਗਰੀ ਇਹ ਬਚਨ ਸੁਣਾ ਤੇ ਅਤੇ ਇੱਕ ਮਾਈ ਲੰਗਰ 'ਚ ਮੈਨੂੰ ਮਿਲ ਪਈ ਚਿੱਟਾ ਸਿਰ ਉਹਦਾ ਕੋਈ 70-75 ਸਾਲ ਦੀ ਉਮਰ ਮੈਨੂੰ ਕਹਿਣ ਲੱਗੇ ਵੀ ਭਾਈ ਕੋਈ ਕਥਾ ਕਰਦਾ ਮੈਂ ਕਿਹਾ ਮੈਂ ਗਰੀਬ ਨੇ ਕਥਾ ਕੀ ਕਰਨੀ ਸੀ ਪਰ ਸਰੀਰ ਕਥਾ ਤਾਂ ਗੁਰੂ ਮਹਾਰਾਜ ਕਰਾਉਂਦੇ ਹੋਣਗੇ ਕਹਿਣ ਲੱਗੀ ਤੂੰ ਸਾਡੇ ਗੁਰੂ ਦਾ ਜੇਠੂਵਾਲ ਵਾਲੇ ਦਾ ਬੜਾ ਨਾਂ ਲੈਂਦਾ ਸੀ ਮੈਂ ਕਿਹਾ ਫਿਰ ਹੁਣ ਜੋ ਲੈਤਾ ਉਹ ਤਾਂ ਲੈਤਾ ਹੁਣ ਮੈਂ ਕੀ ਕਰਾਂ ਕਹਿਣ ਲੱਗੀ ਤੈਨੂੰ ਪਤਾ ਕਿੰਨੀ ਸ਼ਕਤੀ ਉਹਦੇ ਵਿੱਚ ਮੈਂ ਕਿਹਾ ਫਿਰ ਜਦੋਂ ਸ਼ਕਤੀ ਵਾਲਾ ਉਹ ਜਾਣੇ ਤਾਂ ਮੈਂ ਜਾਣਾ ਫਿਰ ਤੂੰ ਵਿੱਚ ਕਿਉਂ ਆ ਰਹੀ ਆਪੇ ਆਪਣੀ ਸ਼ਕਤੀ ਵਰਤਾ ਲੈ ਕਹਿਣ ਲੱਗੇ ਤੈਨੂੰ ਪਤਾ ਉੱਥੇ ਕਿੱਡਾ ਵੱਡਾ ਲੰਗਰ ਚੱਲਦਾ ਫਲਾਣ ਟੀਕੇ ਕੁਛ ਕਰ ਲਏ ਮੈਂ ਕਿਹਾ ਮਾਤਾ ਜਾਪ ਨਾ ਕਰ ਨਾ ਹੀ ਟਲੇ ਕਹਿਣ ਲੱਗੀ ਤੈਨੂੰ ਪਤਾ ਸਾਡੀ ਇੱਥੇ ਕਿੰਨੀ ਚੱਲਦੀ ਹੈ ਗੁਰਦੁਆਰੇ ਤੈਨੂੰ ਕਢਾ ਦਿਆਂਗੇ ਇੱਥੋਂ ਮੈਂ ਕਢਾ ਦਿਆਂਗੇ ਤਾਂ ਇਸ਼ਾਰਾ ਪਾਉਣਾ ਕਿਉਂਕਿ ਹੋਰ ਕੋਈ ਗੁਰਦੁਆਰਾ ਲੱਭ ਲਓ ਕਥਾ ਹੀ ਕਰਨੀ ਹੋਰ ਕਿਤੇ ਜਾ ਵੜਾਂਗੇ ਕੋਈ ਨਾ ਕੋਈ ਥਾਂ ਦੇਵੇਗਾ ਪਰ ਮਾਈ ਤੇ ਪਵੇ ਸਿਰਦਿਆਂ ਵਾਲਾਂ ਨੂੰ ਕੋਈ ਜਿਵੇਂ ਉਹਨੇ ਮੈਨੂੰ ਕੁੱਟ ਸੁੱਟਣਾ ਦਾ ਫਿਰ ਇੱਕ ਨੌਜਵਾਨ ਆਇਆ ਅਤੇ ਮੇਰੀ ਬਾਂਹ ਫੜ ਕੇ ਲੱਗਾ ਆ ਗਿਆ ਭਾਈ ਸਾਹਿਬ ਜੀ ਆ ਜਾਓ ਫੜ ਛੱਡੋ ਖੜਾ ਮਸਾਂ ਗਾੜਾ ਚਲਾਇਆ ਮਾਈ ਕੋਲ ਸੋ ਇਸ ਪ੍ਰਕਾਰ ਮੈਂ ਕਿਹਾ ਵੀ ਜੇ ਤੁਹਾਡਾ ਗੁਰੂ ਐਡਾ ਵੱਡਾ ਫਿਰ ਸਾਡੇ ਗੁਰੂ ਦੇ ਲੰਗਰ ਜਾ ਕੇ ਸੇਵਾ ਕਾਹਤੋਂ ਕਰਦੀ ਸਾਰੇ ਗੁਰੂ ਬਣਾਏ ਫਿਰਦੇ ਲੋਕ ਉੱਧਰ ਵੀ ਗੁਰੂ ਬਣਾਇਆ ਇੱਧਰ ਵੀ ਗੁਰੂ ਨੂੰ ਮੰਨੇ ਜਾਂਦੇ ਇਹ ਸਾਡੀ ਹਾਲਤ ਹੀ ਆ ਸਾਡੇ ਪੰਜਾਬੀਆਂ ਲੋਕਾਂ ਦੀ ਵੀ ਹੋਰ ਵੀ ਗੁਰੂ 2-4 ਬਣਾਏ ਹੋਏ ਨੇ ਅਤੇ ਇੱਧਰ ਵੀ ਆਈ ਜਾਣਾ ਬਹੁਤੀਆਂ ਬੇੜੀਆਂ 'ਚ ਸਵਾਰ ਹੋ ਕੇ ਬੰਦਾ ਬੰਨੇ ਨਹੀਂ ਲੱਗ ਸਕਦਾ ਜੇ ਉਹਦੇ 'ਤੇ ਯਕੀਨ ਫਿਰ ਉਹਨੂੰ ਹੀ ਧਾਰਨ ਕਰਕੇ ਰੱਖੋ ਸੋ ਨਹੀਂ ਅਧੂਰਿਆਂ ਦੇ ਲੜ ਲੱਗ ਕੇ ਅਧੂਰਾ ਪਾਣੀ ਰਹਿ ਗਏ ਬੰਨੇ ਨਹੀਂ ਲੱਗ ਸਕਾਂਗੇ ਰਹੁ ਚਾਰ ਇਸ ਸੰਬੰਧ ਵਿੱਚ ਵੀ ਸਾਹੀ ਹੈ ਲਾਹੌਰ ਦਾ ਪਤੰਗ ਅਤੇ ਜਮਾਲਦੀਨ ਔਰ ਗੁਰੂ ਕੇ ਪਿਆਰਿਓ ਜਮਾਲਦੀਨ ਭਾਵੇਂ ਸੱਚਾ ਹੀ ਸੀ ਪਰ ਜਦੋਂ ਪਰਖ ਹੋਈ ਤੇਲ ਦੀ ਕਢਾਈ ਪਾਈ ਗਈ ਅਤੇ ਉਹਦਾ ਹੱਥ ਸੜ ਗਿਆ ਸੀ ਬਾਅਦ ਵਿੱਚ ਉਹ ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਰਨ ਆਇਆ ਅਤੇ ਪੁੱਛਿਆ ਸੀ ਪ੍ਰਸ਼ਨ ਵੀ ਕਿਉਂ ਮਹਾਰਾਜ ਕਹਿੰਦੇ ਤੇਰਾ ਨਿਸ਼ਚਾ ਹੀ ਨਹੀਂ ਸੀ ਪਰਮਾਤਮਾ ਦੇ ਇੱਕ ਤਾਂ ਨਿਸ਼ਚਾ ਨਹੀਂ ਸੀ ਕਦੇ ਲਾਲਾਂ ਵਾਲੇ ਪੀਰ ਵੱਲ ਧਿਆਨ ਜਾਂਦਾ ਸੀ ਕਦੇ ਨਗਾਹੇ ਵਾਲੇ ਪੀਰ ਵੱਲ ਕਦੇ ਲੱਖਦਾਤੇ ਵੱਲ ਅਤੇ ਕਿਸੇ ਨੇ ਵੀ ਸਹਾਇਤਾ ਨਾ ਕੀਤੀ ਪਤੰਗ ਜਿਹੜਾ ਸੀ ਇਹਦਾ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਨਿਸ਼ਚਾ ਸੀ ਇਸ ਕਰਕੇ ਰੱਖਿਆ ਹੋ ਫਿਰ ਚਰਨਾਂ 'ਤੇ ਡਿੱਗ ਪਿਆ ਜੀ ਮੈਨੂੰ ਵੀ ਆਪਣਾ ਸੇਵਕ ਬਣਾ ਇਹ ਜਮਾਲਦੀਨ ਅਤੇ ਪਤੰਗ ਦੋਵਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ ਜਿਹੜੀ ਚਾਉ ਬੋਲੇ ਬਾਣੀ ਨੇ ਚਾਉ ਬੋਲੇ ਮਹੱਲਾ ਪੰਜਵਾਂ ਉਹਦੇ ਸੰਮਣ ਅਤੇ ਮੂਸਣ ਜਮਾਲ ਅਤੇ ਪਤੰਗ ਚੌਹਾਂ ਦਾ ਨਾਮ ਆਇਆ ਇਸ ਬਾਣੀ 'ਚ ਇਹ ਇਹਨਾਂ ਦੇ ਸੰਬੰਧ ਵਿੱਚ ਉਚਾਰੀ ਗੁਰੂ ਅਰਜਨ ਦੇਵ ਜੀ ਨੇ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਬਹੁਤੀਆਂ ਬੇੜੀਆਂ 'ਤੇ ਸਵਾਰ ਹੋ ਕੇ ਜੀਵ ਬੰਨੇ ਨਹੀਂ ਲੱਗ ਸਕਦਾ ਸੱਚ ਹੈ ਸ਼ਬਦ ਨਿਸ਼ਾਨ
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਨਿਸ਼ਾਨ ਮੈਨੇ ਵਾਹਿਗੁਰੂ ਜੀ ਪ੍ਰਗਟ ਹੁੰਦੇ ਨੇ। ਹੈ ਹਰ ਥਾਂ ਮੌਜੂਦ ਪਰਮਾਤਮਾ, ਪਰ ਸਭਨਾ ਵਾਸਤੇ ਪ੍ਰਗਟ ਨਹੀਂ ਹਨ, ਹਰ ਇੱਕ ਨੂੰ ਪ੍ਰਗਟ ਨਹੀਂ ਹਨ। ਸਖਿਆਤਤਾ ਬ੍ਰਹਮ ਦਾ ਗਿਆਨ, ਇਹ ਨਿਰਗੁਣ ਬ੍ਰਹਮ ਦਾ ਗਿਆਨ ਅੰਦਰ 24 ਘੰਟੇ ਹੁੰਦਾ ਹੈ। ਅਤੇ ਜਦੋਂ ਭਗਤ ਬੇਨਤੀ ਕਰਦਾ ਕਿ ਮਹਾਰਾਜ ਅੱਖਾਂ ਨਾਲ ਦਿਸਣ ਵਾਲਾ ਵੀ ਰੂਪ ਵਿਖਾਓ, ਜਿਹੋ ਜਿਹੀ ਭਾਵਨਾ ਹੋਵੇਗੀ ਉਸੇ ਤਰ੍ਹਾਂ ਦਾ ਰੂਪ ਧਾਰ ਕੇ ਸਾਹਮਣੇ ਪ੍ਰਗਟ ਹੋਵੇ। ਇਸ ਪ੍ਰਕਾਰ ਦੀ ਅਵਸਥਾ ਹੁੰਦੀ ਹੈ। ਇਉਂ ਗੁਰਾਂ ਦੇ ਸ਼ਬਦ ਦੁਆਰਾ ਵਾਹਿਗੁਰੂ ਜੀ ਨਿਸ਼ਾਨ ਦੇ ਅਰਥ ਕਈ ਨੇ, ਨਿਸ਼ਾਨੀ, ਨਿਸ਼ਾਨ ਸਾਹਿਬ, ਧੌਂਸਾ, ਨਗਾਰਾ, ਰਾਹਦਾਰੀ, ਇਹ ਨਿਸ਼ਾਨ ਸ਼ਬਦ ਦੇ ਅਰਥ ਨੇ। ਇੱਥੇ ਨਿਸ਼ਾਨ ਦਾ ਅਰਥ ਹੈ ਪ੍ਰਗਟ ਹੁੰਦਾ ਵਾਹਿਗੁਰੂ। ਹੁਣ ਮੁੜ ਤੋਂ ਸਤਿਗੁਰੂ ਜੀ ਬਚਨ ਕਰ ਰਹੇ ਨੇ, ਅਲੱਖ ਅਪਾਰ ਅਗੰਮ ਅਗੋਚਰ, ਦ੍ਰਿਸ਼ਟੀ ਕਰਕੇ ਵੀ ਲਿਖਿਆ ਨਹੀਂ ਜਾ ਸਕਦਾ ਅੱਖਾਂ ਨਾਲ, ਜਾਂ ਕਿਸੇ ਤਰੀਕੇ ਨਾਲ ਵੀ ਲਿਖਿਆ ਨਹੀਂ ਜਾਂਦਾ ਕਿੱਡਾ ਕੁ ਵੱਡਾ। ਅਲੱਖ ਅਪਾਰ, ਪਾਰਾਵਾਰ ਤੋਂ ਰਹਿਤ, ਨਾ ਪਾਰਲਾ ਕੰਢਾ ਨਾ ਉਰਾਰਲਾ ਕੰਢਾ ਜਿਵੇਂ ਸਮੁੰਦਰ ਦਾ ਲੱਭਦਾ, ਇਸ ਪ੍ਰਕਾਰ ਪਰਮਾਤਮਾ ਅਪਾਰ ਹੈ। ਅਗੰਮ, ਮਨ ਦੀ ਪਹੁੰਚ ਤੋਂ ਪਰੇ, ਅਗਮ ਅਤੇ ਅਗੰਮ ਦੋ ਸ਼ਬਦ ਬਾਣੀ 'ਚ ਆਉਂਦੇ ਨੇ, ਅਰਥ ਤਕਰੀਬਨ ਦੋਵਾਂ ਦਾ ਇੱਕੋ ਹੀ ਹੈ। ਜਾਂ ਇੰਝ ਵੀ ਅਰਥ ਕਰਦੇ ਨੇ, ਅਗਮ ਗਮਾਂ ਤੋਂ ਰਹਿ, ਝੋਰਿਆਂ ਤੋਂ ਰਹਿ, ਅਗੰਮ ਅਪਹੁੰਚ, ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ, ਜਿਵੇਂ ਇੰਦਰੀਆਂ ਦੇ ਗੋਚਰ, ਇੰਦਰੀਆਂ ਦਾ ਵਿਸ਼ਾ ਨਹੀਂ, ਮਤਲਬ ਜਿਵੇਂ ਕੋਈ ਵੇਖ ਰਿਹਾ ਮਨੁੱਖ, ਦੂਰੋਂ ਆਦਮੀ ਤੁਰੇ ਆਉਂਦੇ ਹੋਣ ਅਤੇ ਇੱਕ ਕਹੇ ਵੀ ਸਰੈਣ ਸਿਆਂ ਵੇਖਾਂ ਭਲਾ ਕੌਣ ਤੁਰੇ ਆਉਂਦੇ ਨੇ, ਦ੍ਰਿਸ਼ਟੀ ਪੂਰੀ ਕੰਮ ਨਾ ਕਰਨ ਕਰਕੇ ਕਵੇਗਾ ਵੀ ਖੋਤੇ ਤੁਰੇ ਆਉਂਦੇ, ਨੇੜੇ ਆ ਗਏ ਤਾਂ ਕਹੇਗਾ ਨਹੀਂ ਨਹੀਂ ਭੁਲੇਖਾ ਲੱਗਾ ਸੀ ਬੰਦੇ ਨੂੰ, ਨੇੜੇ ਆ ਗਏ ਤਾਂ ਪਛਾਣ ਦੇਵੇਗਾ ਚਿਹਰੇ ਮੋਰੇ ਫੁਲਾਣੇ ਫੁਲਾਣਾ। ਇਸ ਪ੍ਰਕਾਰ ਪਰਮਾਤਮਾ ਦ੍ਰਿਸ਼ੀ ਗੋਚਰ ਵੀ ਨਹੀਂ, ਨਾ ਕੰਨਾਂ ਦਾ ਗੋਚਰ ਹੈ, ਕੰਨਾਂ ਕਰਕੇ ਸੁਣ ਸੁਣ ਕੇ ਅੰਤ ਪਾਇਆ ਜਾਂਦਾ, ਨਾ ਜੀਭ ਨਾਲ ਦਾ ਜਸ ਕਰ ਕਰਕੇ ਅੰਤ ਪਾਇਆ ਜਾ ਸਕਦਾ, ਨਾ ਪੈਰ ਤੁਰ ਕੇ ਉਦੋਂ ਤੱਕ ਪਹੁੰਚ ਸਕਦੇ ਆ, ਨਾ ਹੱਥਾਂ ਨਾਲ ਕੋਈ ਕਰਮ ਕਰਕੇ ਵਾਹਿਗੁਰੂ ਦਾ ਅੰਤ ਲੱਭਿਆ ਜਾ ਸਕਦਾ, ਨਾ ਤੇ ਸਕਾਲ ਨਾ ਕਰਮਾਂ, ਨਾ ਤੇ ਇਸ ਵਾਹਿਗੁਰੂ ਦੇ ਉੱਪਰ ਕਾਲ ਦਾ ਪ੍ਰਭਾਵ, ਸਾਰੇ ਜੀਆਂ ਦੇ ਉੱਪਰ ਕਾਲ ਦਾ ਸਾਇਆ ਹੈ। ਮੌਤ, ਸਮਾਂ, ਇਹ ਕਾਲ ਦੇ ਅਰਥ ਨੇ ਸਮਾਂ ਜਾਂ ਮੌਤ ਕਹਿ ਲਓ। ਸਮੇਂ ਨਾਲ ਸਾਡੇ ਸਰੀਰਾਂ 'ਚ ਤਬਦੀਲੀ ਆਉਂਦੀ, ਬਚਪਨਾ ਹੈ, ਕਿਸ਼ੋਰ ਅਵਸਥਾ ਹੈ, ਨੌਜਵਾਨ ਅਵਸਥਾ ਹੈ, ਪ੍ਰੌਢਿਆ ਯਾਨੀ ਕਿਦਖੜ ਅਵਸਥਾ ਹੈ, ਬੁਢਾਪਾ ਹੈ, ਫਿਰ ਸਰੀਰ ਦਾ ਅੰਤ ਹੈ, ਸਮਾਪਤੀ ਹੈ। ਪਰ ਵਾਹਿਗੁਰੂ ਦੇ ਸਰੂਪ 'ਤੇ ਇਹੋ ਜਿਹਾ ਪ੍ਰਭਾਵ ਨਹੀਂ ਹੁੰਦਾ, ਸਮੇਂ ਨਾਲ ਤਬਦੀਲੀ ਨਹੀਂ ਆਉਂਦੀ। ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੂਖ ਨਹੀਂ ਜੰਮਦਾ। ਇਸ ਪ੍ਰਕਾਰ ਨਾ ਕਾਲ ਨਾ ਕਰਮ, ਸਾਰੇ ਜੀਆਂ ਦੇ ਉੱਪਰ ਕਰਮਾਂ ਦਾ ਪ੍ਰਭਾਵ ਹੈ। ਕਰਮ ਕਰਨ 'ਚ ਅਸੀਂ ਸੁਤੰਤਰ ਹਾਂ, ਵਾਹਿਗੁਰੂ ਨੇ ਕੋਈ ਸੁਤੰਤਰਤਾ ਦਿੱਤੀ ਹੋਈ, ਬੁੱਧੀ ਵੀ ਦਿੱਤੀ ਹੋਈ, ਗਿਆਨ ਵੀ ਦਿੱਤਾ ਹੋਇਆ ਅਤੇ ਕਰਮ ਕਰਨ ਲਈ ਸੁਤੰਤਰਤਾ ਦਿੱਤੀ ਹੋਈ ਹੈ। ਮਨੁੱਖ ਵੱਖਰੀ ਗੱਲ ਹੈ ਕਿ ਅੰਦਰਲੇ ਗਿਆਨ ਨੂੰ ਨਾ ਵਰਤ ਕੇ ਮਾੜੇ ਕਰਮ ਕਰੋ, ਹਰ ਬੰਦੇ ਦੇ ਅੰਦਰੋਂ, ਕਿਉਂਕਿ ਆਤਮਾ ਗਿਆਨ ਸਰੂਪ ਹੈ, ਆਵਾਜ਼ ਆਉਂਦੀ ਹੈ ਕਿ ਆਹ ਬੁਰਾ ਕਰਮ ਹੈ ਤਾਂ ਚੰਗਾ, ਸਾਰਾ ਗਿਆਨ ਅੰਦਰ ਛੁਪਿਆ ਹੈ। ਪਰ ਮਨੁੱਖ ਉਸ ਗਿਆਨ ਦੀ ਅਣਸੁਣੀ ਕਰਕੇ, ਆਤਮਾ ਦੀ ਅਣਸੁਣੀ ਕਰਕੇ ਮਨ ਦੇ ਮਗਰ ਲੱਗ ਜਾਂਦਾ ਅਤੇ ਮਨ ਖਰਾਬ ਹੈ। ਮਨ ਨੂੰ ਮੈਲ ਸੰਸਕਾਰ ਬੁਰੇ ਲੱਗੇ, ਉਹ ਮਾੜੇ ਪਾਸੇ ਪ੍ਰੇਰਦੇ ਨੇ। ਜਿਵੇਂ ਇੱਥੇ ਸਤਸੰਗਤ ਕੀਰਤਨ ਕਰਨ ਨੂੰ ਨਹੀਂ ਮਨ ਪ੍ਰੇਰਦਾ ਸਾਡਾ, ਅਤੇ ਬੜੀ ਮੁਸ਼ਕਿਲ ਇਹਨੂੰ ਲਿਆਉਣਾ ਪੈਂਦਾ ਘੇਰ ਘੁਰ ਕੇ। ਇਹ ਗਾਉਣ ਵਾਲੇ ਸੁਣਨ ਦਾ ਬੜਾ ਸ਼ੌਕੀਨ, ਮੈਲ ਹੈ ਨਾ ਇਹਦੇ ਅੰਦਰ, ਅਤੇ ਉਹ ਪੂਰਵਲੇ ਕਰਮਾਂ ਦੀ ਮੈਲ ਫਿਰ ਉਸੇ ਪਾਸੇ ਨੂੰ ਖਿੱਚਦੇ, ਸੰਸਕਾਰ 'ਚ ਬਣੇ ਹੋਏ ਉਹ ਮਾੜੇ ਸੰਸਕਾਰ ਬੁਰੇ ਕਰਮਾਂ ਨੂੰ ਖਿੱਚਦੇ। ਪਰ ਜਿਸ ਵੇਲੇ ਫਲ ਮਿਲਣਾ ਉਦੋਂ ਇਹ ਸੁਤੰਤਰ ਨਹੀਂ ਹੈ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਿਨ ਦਾਤਾ ਦੇ, ਦਾਤਾ ਫਲ ਭੁਗਤਾਉਂਦਾ
ਵਿਧਾਤਾ ਨੂੰ ਤਾਂ ਹੀ ਕਿਹਾ ਜਾਂਦਾ, ਉਹਨੇ ਕਰਮਾਂ ਅਨੁਸਾਰ ਫਲ ਭੁਗਤਾਉਣਾ ਜੀਵ ਨੂੰ। ਕਰਮ ਕਰਦਾ ਹੈ ਆਪ, ਜਿਹੜੇ ਹੋਂ ਧਾਰ ਕੇ ਕਰਮ ਕੀਤੇ ਉਹਨਾਂ ਦਾ ਫਲ ਜਿਹਨੂੰ ਜ਼ਰੂਰ ਭੋਗਣਾ ਹੋਇਆ। ਇਸ ਪ੍ਰਕਾਰ ਕਰਮਾਂ ਦਾ ਪ੍ਰਭਾਵ ਇਸ ਜੀਵ 'ਤੇ ਹੈ, ਪਰ ਉਸ ਵਾਹਿਗੁਰੂ ਦੇ ਉੱਪਰ ਕਰਮਾਂ ਦਾ ਕੋਈ ਪ੍ਰਭਾਵ ਨਹੀਂ। ਉਹ ਸੁਤੰਤਰ ਹਸਤੀ ਹੈ, ਸਾਰੀ ਸ੍ਰਿਸ਼ਟੀ ਦਾ ਰਚਣਹਾਰ ਜੋ ਹੋਇਆ ਉਹਦੇ ਉੱਪਰ ਕਰਮ ਦਾ ਕਿਸੇ ਦਾ ਕੋਈ ਪ੍ਰਭਾਵ ਨਹੀਂ ਹੈ। ਜਾਤ ਅਜਾਤ ਅਜੋਨੀ ਸੰਭਵ ਨਾ ਤੇ ਸੁਭਾਓ ਨਾ ਪਰਮਾ, ਕੋਈ ਖਾਸ ਜਾਤੀ ਉਸਦੀ ਨਹੀਂ ਹੈ। ਅਤੇ ਜਿਵੇਂ ਇਹ ਬ੍ਰਾਹਮਣ ਹੈ, ਇਹ ਜੱਟ ਹੈ, ਇਹ ਪ੍ਰਜਾਪਤ ਹੈ, ਫਲਾਨਾ, ਇੱਕ ਆਜ਼ਾਦ ਲੋਕ ਹੁੰਦੇ ਨੇ, ਜਿਵੇਂ ਚੰਡਾਲਾ ਆਦਿਕਾਂ ਨੂੰ ਆਜ਼ਾਦ ਕਿਹਾ ਜਾਂਦਾ, ਸਨਾਤ ਜਾਤੀ ਦੇ ਲੋਕ ਵੀ ਕਿਹਾ ਜਾਂਦਾ। ਸੋ ਇਸ ਪ੍ਰਕਾਰ ਬਹੁਤ ਨੀਵੀਂ ਜਾਤ, ਪਰ ਇੱਕ ਇਹੋ ਜਿਹੀ ਆਜ਼ਾਦ ਅਵਸਥਾ ਵਾਲਾ ਵੀ ਨਹੀਂ ਵੀ ਉਹਦੀ ਕੋਈ ਖਾਸ ਨੀਵੀਂ ਜਾਤ ਨਹੀਂ, ਨਾ ਨੀਵੀਂ ਜਾਤ ਨਾ ਉੱਚੀ ਜਾਤ, ਜਾਤਾਂ ਤੋਂ ਆਜ਼ਾਦ ਰਹਿਤ ਹੈ। ਜਾਤ ਪਾਤ ਦਾ ਉਸ 'ਤੇ ਕੋਈ ਪ੍ਰਭਾਵ ਨਹੀਂ ਹੈ। ਜਾਤ ਜਨਮ ਨਾ ਪੁੱਛੀ ਹੈ, ਸੱਚ ਕਰ ਲੈ ਹੋ ਬਤਾਏ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ, ਸਾਨੂੰ ਸਿੱਖਿਆ ਦੋਗੇ। ਜਿਵੇਂ ਰੱਬ ਦੀ ਜਾਤ ਬੋਦ ਕੋਈ ਨਹੀਂ, ਇਵੇਂ ਆਪਣੀ ਜਾਤ ਤੋਂ ਸੁਤੰਤਰ ਹੋ ਜਾ, ਜਾਤਾਂ ਵਿੱਚ ਨਾ ਫਸਿਆ ਰਹੋ, ਇਹ ਮੇਰੀ ਜਾਤ ਹੈ, ਜਾਤ ਕਰਕੇ ਕੋਈ ਨਹੀਂ ਛੁੱਟ ਸਕਦਾ, ਕਰਮਾਂ ਦੇ ਨਿਬੇੜੇ ਹੋ। ਜੇ ਕਰਮ ਮਾੜੇ ਕਰਦਾ ਹੈ ਤਾਂ ਜਾਤੀ ਕੀ ਕਰੇ। ਇੱਕ ਵਾਰੀ ਮੈਂ ਅਤੇ ਮੇਰਾ ਉਸਤਾਦ ਅਸੀਂ ਸਾਈਕਲ ਖਰੀਦਣ ਗਏ, ਉਹ ਦੁਕਾਨ ਅਸੀਂ ਸੁੱਟੀਆਂ ਅਤੇ ਕੋਈ ਗੱਲ ਚੱਲੀ, ਉਹ ਕਹਿਣ ਲੱਗਾ ਸਾਡੇ 'ਤੇ ਯਕੀਨ ਕਰੋ ਜੀ, ਅਸੀਂ ਤੁਹਾਡੇ ਗੁਰੂ ਹਾਂ। ਮੈਂ ਯਾਰ ਆ ਨਵੀਂ ਗੱਲ ਕੱਢ ਮਾਰੀ, ਤੂੰ ਸਾਡਾ ਗੁਰੂ ਕਿਵੇਂ? ਕਹਿਣ ਲੱਗਾ ਸੋਢੀ ਨੇ ਵਿੱਚ ਲਿਖਿਆ ਵੀ ਤੁਸੀਂ ਪੜ੍ਹਿਆ। ਮੈਂ ਕਿਹਾ ਸੋਢੀ ਸਾਰੇ ਸਾਡੇ ਗੁਰੂ ਬਣਾ ਤੇ, ਸਿਰ ਮੂੰਹ ਤੂੰ ਮੁੰਨਿਆ ਹੋਇਆ, ਤੂੰ ਸਾਡਾ ਗੁਰੂ ਕਿਵੇਂ ਯਾਰ? ਇਉਂ ਗੁਰੂ ਰਾਮਦਾਸ, ਗੁਰੂ ਰਾਮਦਾਸ ਹੀ ਸੋਢੀ ਹਨ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਸਾਰੇ ਰੰਧਾਵਿਆਂ ਦੇ ਘਰ ਜਨਮ ਲੈ ਕੇ ਬਾਬਾ ਬੁੱਢਾ ਨਹੀਂ ਕਿਸੇ ਨੇ ਬਣ ਜਾਣਾ, ਬਾਬਾ ਬੁੱਢਾ ਬਾਬਾ ਬੁੱਢਾ ਹੀ। ਇਸ ਕਰਕੇ ਇਹ ਜਾਤੀ ਨਹੀਂ ਕੁਛ ਕਰਦੀ। ਗੁਰੂ ਕੇ ਪਿਆਰੇ ਹੋ, ਜਿਹਨਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਸੀ, ਭਾਈ ਮਰਦਾਨਾ, ਭਾਈ ਮਰਦਾਨਾ ਹੀ ਨਾ, ਨੀਵੀਂ ਜਾਤ ਵਾਲਾ ਕੋਈ ਭਾਈ ਮਰਦਾਨਾ ਬਣ ਸਕਦਾ? ਮਰਾਸੀ ਸਾਰੇ ਥੋੜ੍ਹਾ ਭਾਈ ਮਰਦਾਨਾ ਬਣ ਜਾਣਗੇ। ਕਿ ਆਪੋ ਆਪਣਾ ਕਰਮ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ ਕਰਮਾਂ ਦੇ ਮੁਤਾਬਕ। ਇਉਂ ਵਾਹਿਗੁਰੂ ਜਾਤ ਅਜਾਤ ਵਿੱਚ ਨਹੀਂ ਆਉਂਦਾ, ਅਜੂਨੀ ਸੰਭਵ ਅਜਨਮਾ ਸਰੂਪ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਦੇ ਚੱਕਰ ਵਿੱਚ ਉਹ ਫਸਿਆ ਹੋਇਆ ਨਹੀਂ। ਅਸੀਂ ਆਪਣੇ ਕਰਮਾਂ ਦੇ ਅਧੀਨ ਜੂਨੀਆਂ ਭੋਗਦੇ ਹਾਂ। ਸੰਭਵ ਸੁਤੇ ਪ੍ਰਕਾਸ਼ ਆਪਣੇ ਆਪ ਤੋਂ, ਸਵਯੰ ਜੋਤ ਆਨੰਦ ਘਨ ਸੱਚ ਦਾ ਵਿਧੀ ਅਨੂਪ, ਵਾਸਦੇਵ ਦੇਵਾਦ ਪਤ ਹੈ ਆਤਮ ਇਹ ਰੂਪ। ਸਾਰਿਆਂ ਦਾ ਆਤਮਾ ਬਣ ਰਿਹਾ ਹੈ, ਪਰ ਆਪਣੇ ਆਪ ਤੋਂ ਆਪ ਰੂਪ ਹੈ। ਖੜ ਜੋਤਾਂ ਸੂਰਜ ਚੰਦਰਮਾ ਬਿਜਲੀ ਅਗਨੀ ਬੁੱਧੀ ਤਾਰੇ ਆਦਿ, ਇਹ 6 ਜੋਤਾਂ ਹਨ, ਪਰ ਇਹ ਪਰਤੇ ਪ੍ਰਕਾਸ਼ ਨੇ, ਇਹ ਆਪਣਾ ਇਹਨਾਂ ਦਾ ਪ੍ਰਕਾਸ਼ ਨਹੀਂ, ਵਾਹਿਗੁਰੂ ਵੱਲੋਂ ਇਹਨਾਂ 'ਤੇ ਬਖਸ਼ਿਸ਼ ਹੈ ਅਤੇ ਗਾਹ ਪ੍ਰਕਾਸ਼ ਦੇ ਰਹੇ ਨੇ। ਪਰਮਾਤਮਾ ਸੁਧੇ ਪ੍ਰਕਾਸ਼ ਹੈ, ਉਹਦਾ ਆਪਣਾ ਪ੍ਰਕਾਸ਼ ਹੈ। ਇਸ ਕਰਕੇ ਤਾਂ ਹੀ ਕਿਹਾ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ। ਉੱਥੇ ਨਾਣੇ ਨੂੰ ਸਿਹਾਰੀ ਆ, ਪਹਿਲੇ ਚਾਨਣ ਦੇ ਨਾਣੇ ਨੂੰ ਸਿਹਾਰੀ ਆ, ਕਿ ਉਸ ਪਰਮਾਤਮਾ ਦੀ ਜੋਤ ਦੇ ਚਾਨਣੇ ਕਰਕੇ ਸਾਰਿਆਂ ਦੀ ਬੁੱਧੀ 'ਚ ਚਾਨਣ ਪ੍ਰਕਾਸ਼ ਗਿਆਨ ਦਾ ਹੋ ਰਿਹਾ। ਜੇ ਰੱਬ ਦੀ ਜੋਤ ਨਾ ਹੋਏ ਤਾਂ ਸਾਡੇ ਅੰਦਰ ਕੋਈ ਚਾਨਣ ਨਹੀਂ। ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਕਿ ਜਾਤ ਅਜਾਤ ਅਜੂਨੀ ਸੰਭਵ ਨਾ ਤੇ ਸੁਭਾਓ ਨਾ ਪਰਮਾ। ਇੱਥੇ ਭਾਓ ਦਾ ਅਰਥ ਪ੍ਰੇਮ ਨਹੀਂ ਹੈ, ਇੱਥੇ ਭਾਓ ਦਾ ਅਰਥ ਲਗਾਓ ਮੋਹ। ਉਸ ਪਰਮਾਤਮਾ ਨੂੰ ਕਿਸੇ ਖਾਸ ਵਿਅਕਤੀ ਨਾਲ ਮੋਹ ਨਹੀਂ ਹੈ, ਮੋਹ ਇੱਕ ਵਿਕਾਰ ਹਨ, ਪ੍ਰੇਮ ਤਾਂ ਹੈ ਹੀ, ਉਹ ਪ੍ਰੇਮ ਦਾ ਸਰੂਪ, ਪਰ ਮੋਹ ਨਹੀਂ ਕਰਦਾ ਕਿਸੇ ਨਾਲ। ਇਹਨੇ ਵੀ ਕਿਸੇ ਨਾਲ ਮੋਹ ਤਾਂ ਦੂਜਿਆਂ ਨਾਲ ਈਰਖਾ ਹੋਵੇ, ਦਵੈਤ ਹੋਵੇ, ਅਸਰ
ਔਰ ਇਸ ਪ੍ਰਕਾਰ ਨਾ ਭਰਮਾਂ ਭਰਮ ਚੀਜ਼ ਹੋਰ ਹੋਵੇ ਤੈਨੂੰ ਹੋਰ ਸਮਝੀਏ ਦਾ ਨਾਮ ਭਰਮ ਹੈ। ਪਰਮਾਤਮਾ ਤੋਂ ਕੁਛ ਵੀ ਨਹੀਂ ਛਪਿਆ ਹੋਇਆ, ਬਾਕੀਆਂ ਤੋਂ ਛੁਪਿਆ ਹੋਇਆ ਕਈ ਕੁਛ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੂੰ ਜਪਣ ਦਾ ਉਪਦੇਸ਼ ਦਿੱਤਾ। ਉਹਦੇ 'ਚ ਕੋਈ ਦੋਸ਼, ਕੋਈ ਘਾਟ, ਕੋਈ ਉਨਾਪਣ ਨਹੀਂ, ਬਾਕੀ ਸਾਰੇ ਘਾਟਾਂ ਵਿੱਚ ਅਧੂਰਾਪਣ ਹੈ। ਇੱਕ ਮੈਨੂੰ ਬਚਨ ਯਾਦ ਆ ਗਿਆ, ਸਨਾਤਨ ਮਤ ਦੇ ਗ੍ਰੰਥਾਂ 'ਚ ਬਚਨ ਲਿਖਿਆ ਵੀ ਇੱਕ ਆਦਮੀ ਸੀ, ਉਹਨੇ ਸ਼ਿਵ ਦੇ ਨਾਂ ਦੀ ਤਪੱਸਿਆ ਕੀਤੀ ਅਤੇ ਸ਼ਿਵ ਪ੍ਰਗਟ ਹੋਏ। ਉਹਦੇ ਹਿਰਦੇ 'ਚ ਹੇਰਾ ਫੇਰੀ ਸੀ, ਛਲ ਸੀ ਵੀ ਮੈਂ ਸ਼ਿਵ ਨੂੰ ਮਾਰ ਕੇ ਪਾਰਵਤੀ ਨੂੰ ਮਰ ਲਊਂ। ਔਰ ਸ਼ਿਵ ਪ੍ਰਗਟ ਹੋਏ, ਕਹਿਣ ਲੱਗੇ ਦਸ ਬ੍ਰਹਮੂ ਵਰ ਮੰਗ। ਕਹਿਣ ਲੱਗਾ ਜਿਹਦੇ ਸਿਰ 'ਤੇ ਹੱਥ ਰੱਖਾਂ ਉਹ ਭਸਮ ਹੋ ਜਾਏ। ਉਹਦਾ ਨਾਮ ਵੀ ਭਸਮੰਤਰ ਲਿਖਿਆ ਆਇਆ ਗ੍ਰੰਥਾਂ 'ਚ। ਔਰ ਸ਼ਿਵ ਨੇ ਵਰ ਦੇ ਤਥਾ ਉਸਤੂ, ਉਹ ਸ਼ਿਵ ਦੇ ਸਿਰ 'ਤੇ ਭੱਜ ਕੇ ਹੱਥ ਰੱਖਣ ਲੱਗਾ। ਸ਼ਿਵ ਛੜਿਆ ਗਿਆ, ਵਰ ਦੇਣ ਵਾਲਾ ਛੜਿਆ ਗਿਆ, ਔਰ ਵਰ ਦੇਣ ਵਾਲਾ ਅੱਗੇ ਅੱਗੇ ਅਤੇ ਵਰ ਲੈਣ ਵਾਲਾ ਮਗਰ ਮਗਰ। ਜਿਉਂ ਦੌੜਿਆ ਸ਼ਿਵ, ਇੱਕ ਪਹਾੜ ਦੀ ਖੁੰਦਰ ਵਿੱਚ ਜਾ ਕੇ ਸਿਰ ਦੇ ਦਿੱਤਾ ਅਤੇ ਮਗਰੋਂ ਭਸਮੰਤਰ ਲਤਾ ਮਹਾਰ ਤਵੇ ਬਾਹਰ ਨਿਕਲ। ਉਹਨੂੰ ਪਤਾ ਸੀ ਮੇਰੇ ਸਿਰ 'ਤੇ ਹੱਥ ਰੱਖਿਆ ਮੈਂ ਭਸਮ ਹੋ ਜਾਣਾ। ਫਿਰ ਨਾਰਦ ਨੂੰ ਕਹਿੰਦੇ ਤਰਸ ਆਇਆ ਅਤੇ ਉਹ ਆਇਆ ਔਰਤ ਦਾ ਰੂਪ ਧਾਰ ਕੇ ਪਾਰਵਤੀ ਦਾ। ਕਹਿਣ ਲੱਗਾ ਹੁਣ ਇਹ ਮਰ ਚੁੱਕਾ, ਛੱਡ ਖੜਾ ਇਹਦਾ। ਕਹਿਣ ਲੱਗਾ ਜੇ ਇਹ ਮਰ ਗਿਆ ਤਾਂ ਫਿਰ ਵਰ ਮੈਨੂੰ। ਕਹਿਣ ਲੱਗੀ ਇਹ ਮੇਰਾ ਪਤੀ ਸੀ, ਮੈਂ ਸਿਆਪਾ ਤਾਂ ਪਹਿਲਾਂ ਕਰ ਲਉ, ਫਿਰ ਹੀ ਤੈਨੂੰ ਵਰਾਂਗੀ। ਕਹਿਣ ਲੱਗਾ ਕਰ ਸਿਆਪਾ ਫਿਰ। ਕਹਿਣ ਲੱਗੀ ਇੱਕ ਹੋਰ ਬੀਬੀ ਚਾਹੀਦੀ ਮੇਰੇ ਸਾਹਮਣੇ ਖਲੋ ਕੇ ਮੇਰੇ ਵਾਂਗ ਹੀ ਕਰੇ ਸਿਆਪਾ, ਤਾਂ ਫਿਰ ਹੀ ਗੱਲ ਬਣੇ। ਕਹਿਣ ਲੱਗਾ ਮੈਂ ਖਲੋ ਜਾਂਦਾ। ਬੜਾ ਸੀ ਖਲੋ ਗਿਆ ਅਤੇ ਪਾਰਵਤੀ ਨੇ ਪੱਟਾਂ 'ਤੇ ਹੱਥ ਮਾਰਿਆ, ਉਹਨੇ ਮਾਰਿਆ ਫਿਰ ਛਾਤੀ 'ਤੇ, ਫਿਰ ਸਿਰ 'ਚ ਹੱਥ ਮਾਰੇ ਅਤੇ ਭਸਮੰਤਰ ਆਪਣੇ ਸਿਰ 'ਚ ਹੱਥ ਮਾਰ ਦਿੱਤਾ। ਉਹ ਉੱਥੇ ਭਸਮ ਹੋ ਕੇ ਡਿੱਗ ਪਿਆ। ਫਿਰ ਨਾਰਦ ਕਹੇ ਸ਼ਿਵ ਜੀ ਨੂੰ ਵੀ ਬਾਹਰ ਨਿਕਲੋ ਮਹਾਰਾਜ। ਉਹ ਕਹੇ ਨਹੀਂ ਤੂੰ ਆਵਾਜ਼ ਬਦਲੀ ਹੋਈ, ਉਹ ਹੀ ਬੋਲਦਾ, ਇੰਨਾ ਡਰਿਆ ਹੋਇਆ ਸ਼ਿਵ। ਕਹਿਣ ਲੱਗਾ ਨਹੀਂ ਨਹੀਂ ਮੈਂ ਪਾਰਵਤੀ ਮਾਈ ਦਾ ਰੂਪ ਧਾਰਿਆ ਸੀ, ਤੁਸੀਂ ਬਾਹਰ ਨਿਕਲੋ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਪਰਮਾਤਮਾ ਛੜਿਆ ਨਹੀਂ ਜਾ ਸਕਦਾ, ਅਛਲ ਸਰੂਪ ਹੈ, ਉਹਨੂੰ ਕਿਸੇ ਪ੍ਰਕਾਰ ਦਾ ਪੜਦਾ ਨਹੀਂ, ਪਰਮਾ ਨੇ ਪੜਦਾ, ਉਹਦੇ ਤੋਂ ਕੁਛ ਵੀ ਉਹਲਾ ਨਹੀਂ ਹੈ। ਸਭਨਾਂ ਦੇ ਦਿਲਾਂ ਦੀਆਂ ਜਾਣਦੀਆਂ, ਪਰ ਸ਼ਿਵ 'ਤੇ ਕੋਲ ਹੋਣਾ ਤਾਂ ਬੰਦੇ ਦੀ ਦਿਲ ਦੀ ਨਾ ਜਾਣ ਸਕੇ, ਸਿਰਫ ਮੂੰਹ ਦੀ ਗੱਲ ਤੋਂ ਵਰ ਦੇ ਤਾ। ਇਹ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ, ਮੈਂ ਆਪਣੇ ਕੋਲੋਂ ਨਿੰਦਿਆ ਨਹੀਂ ਕਰ ਰਿਹਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਐਵੇਂ ਹੋਰਨਾਂ ਨੂੰ ਨਾ ਜਪੀ ਚੱਲੋ, ਹੋਰਨਾਂ ਨੂੰ ਪਤਾ ਨਹੀਂ ਕਿਹੜੇ ਵੇਲੇ ਭਰਮ ਪੈ ਜਾਣਾ, ਕੀ ਹੋ ਜਾਣਾ, ਕਿੱਥੇ ਅਧੂਰਾ ਪਾਣੀ, ਕਿੱਥੇ ਗਲਤੀ ਹੋ ਜਾਏਗੀ। ਔਰ ਹਿੰਦੂ ਮਤ ਦਾ ਵਿਦਵਾਨ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ, ਉਹਨੇ ਦੋ ਕਿਤਾਬਾਂ ਲਿਖੀਆਂ, ਸਾਰੀ ਉਮਰ ਦਾ ਤਜਰਬਾ ਅਤੇ ਉਹਨੇ ਦੋ ਕਿਤਾਬਾਂ ਲਿਖੀਆਂ, ਦਰਬਾਰ ਸਾਹਿਬ ਆਇਆ। ਉਹਨੇ ਲਿਖਿਆ ਵੀ ਇੱਕ ਕਿਤਾਬ ਦਾ ਨਾਮ ਹੈ ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ, ਦੂਜੀ ਕਿਤਾਬ ਦਾ ਨਾਮ ਹੈ ਸਰਵੋਤਮ ਪੰਥ ਖਾਲਸਾ ਪੰਥ। ਹਿੰਦੂ ਮਤ ਦਾ ਆਚਾਰੀਆ ਸੰਨਿਆਸੀਆਂ ਵਿੱਚੋਂ ਦੰਡੀ ਸੰਨਿਆਸੀ ਭੇਖਦਾ ਬੰਦਾ ਦਿਰਧ ਹੋਇਆ ਹੋਇਆ, ਪਿਛਲੀ ਉਮਰ ਉਹਨੇ ਦਰਬਾਰ ਸਾਹਿਬ ਅੰਮ੍ਰਿਤਸਰ ਗੁਜ਼ਾਰੀ। ਉਹਨੇ ਲਿਖਿਆ ਹੈ ਕਿ ਇੱਕ ਪਾਸੇ ਰਾਮ ਕ੍ਰਿਸ਼ਨ ਦੀ ਉਪਾਸ਼ਨਾ ਹੈ, ਇੱਕ ਪਾਸੇ ਜਿਹੜਾ ਉਹਨਾਂ ਦਾ ਜੀਵਨ ਇਤਿਹਾਸ ਹੈ ਉਹ ਇੱਕ ਆਮ ਮਨੁੱਖ ਵਰਗਾ ਬਹੁਤ ਨੀਵਾਂ, ਅਤੇ ਜਾਂ ਤਾਂ ਸੁਧਾਰਨ ਗ੍ਰੰਥਾਂ ਨੂੰ ਜਾਂ ਫਿਰ ਉਹਨਾਂ ਦੀ ਉਪਾਸ਼ਨਾ ਮੰਦਰ ਜੋ ਪੂਜਾ ਕਰ ਰਹੇ ਨੇ ਉਲਝੇ ਹੋਏ ਲੋਕ, ਮੈਂ ਸਾਰੀ ਜ਼ਿੰਦਗੀ ਦਾ ਤਜਰਬਾ ਲਿਖ ਰਿਹਾ। ਇਸ ਪ੍ਰਕਾਰ ਦੇ ਬਚਨ ਲਿਖੇ ਨੇ, ਰਹੁ ਵਿਚਾਰ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਦਾ ਪੱਲਾ ਫੜਾਇਆ ਵੀ ਉਹਨੂੰ ਨਾ ਕਿਸੇ ਨਾਲ ਮੋਹ ਅਤੇ ਨਾ ਭਰਮ ਹੀ ਹੈ, ਕੋਈ ਵਿਕਾਰ ਉਹਦੇ ਵਿੱਚ ਨਹੀਂ ਹੈ, ਨਾ ਕਿਸ ਮਾਤ ਪਿਤਾ ਸੁਤਬੰਧ, ਨਾ ਉਹਦਾ ਕੋਈ ਉਹਨੂੰ ਜਾਣਨ ਵਾਲਾ ਮਾਂ ਨਾ ਪਿਤਾ। ਤੁਮ ਜੋ ਕਹਿ ਕਹੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾਥ ਹੋ ਰਹੇ। ਜਦੋਂ ਪਰਮਾਤਮਾ ਨੂੰ ਤੁਸੀਂ ਕਹਿੰਦੇ ਨੰਦ ਦਾ ਪੁੱਤਰ ਸ਼ਿਵ ਜੀ, ਜਦੋਂ ਧਰਤ ਆਕਾਸ਼ ਦੱਸੋ ਦਿਸ ਨਾਹੀ ਤਬ ਇਹ ਨੰਦ ਕਹਾਂ ਹੋ ਰਹੇ। ਜਦੋਂ ਧਰਤੀ ਆਕਾਸ਼ ਦਸਾਂ ਦਿਸ਼ਾ ਹੈ ਨਹੀਂ ਸੀ, ਉਦੋਂ ਨੰਦ ਕਿੱਥੇ, ਰੱਬ ਕਦੋਂ ਹੈਗਾ ਸੀ। ਫਿਰ ਕ੍ਰਿਸ਼ਨ ਰੂਪ 'ਚ ਨੰਦ ਨੂੰ ਪਰਮਾਤਮਾ ਨੂੰ ਨਾ ਕਥਨ ਕਰੋ ਵੀ ਪਰਮਾਤਮਾ ਕ੍ਰਿਸ਼ਨ ਰੂਪ ਹੈ, ਕੇਵਲ ਕ੍ਰਿਸ਼ਨ ਦਾ ਸਰੀਰ ਇੰਝ ਨਹੀਂ, ਸਰਵ ਵਿਆਪੀ, ਪਰ ਕ੍ਰਿਸ਼ਨ ਦੇ ਅੰਦਰ ਵੀ ਹੈ, ਇਹ ਗੱਲ ਜ਼ਰੂਰ।
ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਨਾ ਉਹਦਾ ਪਿਓ ਨਾ ਮਾਤਾ, ਸੁੱਤ ਬੰਧਕ ਨਾ ਪੁੱਤਰ ਨਾ ਸੰਬੰਧੀ, ਨਾ ਤੇ ਸਕਾਮ ਨਾ ਨਾਰੀ, ਨਾ ਉਹਦੇ 'ਤੇ ਵਿਕਾਰ ਦਾ ਕੋਈ ਅਸਰ ਹੈ, ਅਤੇ ਨਾ ਜਿਵੇਂ ਬ੍ਰਹਮਾ ਦੀ ਘਰ ਵਾਲੀ ਸਵਰਸਤੀ ਔਰ ਇਸੇ ਤਰ੍ਹਾਂ ਸ਼ਿਵ ਦੀ ਪਾਰਵਤੀ, ਵਿਸ਼ਨੂੰ ਜੀ ਲਕਸ਼ਮੀ, ਇਸ ਤਰ੍ਹਾਂ ਉਹਦੀ ਕੋਈ ਵਹੁਟੀ ਨਹੀਂ ਹੈ, ਉਹਦੀ ਆਪਣੀ ਧਰਮ ਸੰਪਤ ਨਹੀਂ ਕੋਈ ਨਹੀਂ। ਅਕੁਲ ਨਿਰੰਜਨ ਅਪਰ ਪਰੰਪਰ, ਖਾਸ ਕੁਲ ਨਹੀਂ ਹੈ ਵੀ ਜਾਦਵਾਂ ਦੀ ਕੁਲ ਜਾਂ ਰਾਘਵਾਂ ਦੀ ਕੁਲ ਨਹੀਂ, ਕੁਲਾਂ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਹੈ, ਮਾਇਆ ਦਾ ਸੁਰਮਾ ਉਹਦੇ ਉੱਤੇ ਪ੍ਰਭਾਵ ਨਹੀਂ ਪਾਉਂਦਾ, ਮਾਇਆ ਦੀ ਕਾਲਜ। ਅਪਰ ਪਰੰਪਰ, ਇਹ ਸ੍ਰਿਸ਼ਟੀ ਤੋਂ ਪਰੇ ਦੇਵਤੇ ਮੰਨੇ ਗਏ ਨੇ, ਉਹਨਾਂ ਤੋਂ ਵੀ ਪਰੇ ਹੈ, ਇਸ ਕਰਕੇ ਉਹਨੂੰ ਅਪਰੰਪਰ ਅਪਰ ਅਪਾਰ ਕਿਹਾ ਜਾਂਦਾ। ਹਜ਼ੂਰ ਕਹਿੰਦੇ ਨੇ ਅਪਰ ਪਰੰਪਰ ਹੈ ਸਗਲੀ ਜੋਤ ਤੁਮਾਰੀ, ਹੇ ਵਾਹਿਗੁਰੂ ਸਾਰੀ ਜੋਤ ਸ੍ਰਿਸ਼ਟੀ ਵਿੱਚ ਤੇਰੀ ਹੈ, ਘੱਟ ਘੱਟ ਅੰਤਰ ਬ੍ਰਹਮ ਲੁਕਾਇਆ, ਘੱਟ ਘੱਟ ਜੋਤ ਸਵਾਈ, ਸਾਰੇ ਹਿਰਦਿਆਂ ਹਿਰਦਿਆਂ ਵਿੱਚ ਬ੍ਰਹਮ ਨੇ ਆਪਣਾ ਆਪ ਲੁਕਾਇਆ ਹੋਇਆ, ਹਰ ਇੱਕ ਹਿਰਦੇ ਹਿਰਦੇ ਅੰਦਰ ਸਭਨਾ ਥਾਵਾਂ 'ਤੇ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਬੱਜਰ ਕਪਾਟ ਮੁਗਤੇ ਗੁਰਮਤੀ ਨਿਰਭੈ ਤਾੜੀ ਲਾਏ, ਜਿਹੜੇ ਬੱਜਰ ਤਖਤੇ ਕਪਾਟ ਨੇ, ਤਖਤੇ ਜੜੇ ਹੋਏ ਨਾ ਗਿਆਨਤਾ ਦੇ ਅਭਿਆਸ ਦੇ, ਇਹ ਗੁਰੂ ਦੀ ਮੱਤ ਦੁਆਰਾ ਮੁਗਤੇ, ਇਹਨਾਂ ਤੋਂ ਛੁਟਕਾਰਾ ਹੁੰਦਾ, ਇਹ ਕਪਾਟ ਤਾਂ ਖੁੱਲਦੇ ਆ ਗੁਰੂ ਦੀ ਮੱਤ ਨੂੰ ਧਾਰਨ ਕੀਤਿਆਂ ਅਤੇ ਕਮਾਈ ਕੀਤਿਆਂ। ਨਿਰਭੈ ਤਾੜੀ ਲਾਈ, ਨਿਰਭਉ ਸਰੂਪ ਪਰਮਾਤਮਾ ਨੇ ਆਪਣੇ ਸਰੂਪ ਵਿੱਚ ਆਪ ਹੀ ਤਾੜੀ ਸਮਾਧੀ ਲਾਈ ਹੋਈ ਹੈ, ਆਪਣੇ ਨਿਜਾਨੰਦ ਵਿੱਚ ਜੁੜਿਆ ਹੋਇਆ। ਵਾਹਿਗੁਰੂ ਜੰਤ ਉਪਾਏ ਕਾਲ ਸਿਰ ਜੰਤਾਂ, ਜੰਤਾਂ ਜੀਆਂ ਨੂੰ ਪੈਦਾ ਕਰਕੇ ਇਹਨਾਂ ਦੇ ਸਿਰ ਦੇ ਉੱਪਰ ਮੌਤ ਦਾ ਸਾਇਆ ਵੀ ਮੰਡਰਾ, ਕਾਲ ਵੀ ਰਚਿਆ ਹੋਇਆ। ਵਸਗਤ ਜੁਗਤ ਸਵਾਈ, ਇਹਨਾਂ ਜੀਆਂ ਨੂੰ ਪੈਦਾ ਕਰਨਾ ਪਾਲਣਾ ਸਾਰੀਆਂ ਜੁਗਤੀਆਂ ਉਸ ਪਰਮਾਤਮਾ ਦੇ ਆਪਣੇ ਵਸਗਤ ਵਸ ਵਿੱਚ। ਸਤਿਗੁਰ ਸੇਵ ਪਦਾਰਥ ਭਾਵ ਹੈ, ਛੂਟਾ ਸ਼ਬਦ ਕਮਾਈ, ਸਿੱਖਾਂ ਸਤਿਗੁਰਾਂ ਦੀ ਸੇਵਾ ਕਰਕੇ ਜੇ ਨਾਮ ਪਦਾਰਥ ਪ੍ਰਾਪਤ ਕਰ ਲਵੇਗਾ, ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ ਤਾਂ ਛੁੱਟ ਜਾਵੇਗਾ, ਬੰਧਨਾਂ ਤੋਂ ਛੁਟਕਾਰਾ ਹੋ ਜਾਵੇਗਾ। ਕਰਤਾ ਭੂਗਤਾ ਹੰਗਤਾ ਮਮਤਾ ਵਿਕਾਰ ਜਮਣਾ ਮੰਨਣਾ, ਸੁੱਚਾ ਭਾਂਡਾ ਸਾਟ ਸਮਾਵੈ, ਜਿਹੜੇ ਹਿਰਦੇ ਸੁੱਚੇ ਹੋ ਜਾਣਗੇ, ਵਿਕਾਰਾਂ ਤੋਂ ਰਹਿਤ ਹੋ ਜਾਣਗੇ ਸਾਫ਼, ਉੱਥੇ ਸੱਚ ਸਮਾਵੇਗਾ। ਵਿਰਲੇ ਸੁੱਚਾਚਾਰੀ, ਪਰ ਇਹੋ ਜਿਹੇ ਸੁੱਚ ਆਚਾਰ ਵਾਲੇ ਵਿਰਲੇ ਲੋਕ ਨੇ, ਯਾਨੀ ਮਹਾਤਮਾ। ਤੰਤਾ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਕੁਮਾਰੀ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜੇ ਤੇਰੀ ਸ਼ਰਨ ਵਿੱਚ ਆਏ, ਉਹਨਾਂ ਦੇ ਜੀਵ ਤੱਤ ਨੂੰ ਪਰਮ ਤੱਤ ਪਰਮ ਆਪਣੇ ਪਰਮ ਪਾਤਮਾ ਦੇ ਵਿੱਚ ਘੁੰਮਲਾ ਲਿਆ, ਜਿਹੜਾ ਪਰਮਾਤਮਾ, ਇਸ ਆਤਮਾ ਨੂੰ ਪਰਮਾਤਮਾ ਵਿੱਚ ਅਭੇਦਤਾ ਤੂੰ ਬਖਸ਼ੀ, ਜਿਹੜੇ ਤੇਰੀ ਸ਼ਰਨ ਵਿੱਚ ਆਏ। ਹੋਣੀਆਂ ਗਲਤੀਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।